ਹੰਗਾਮੇ ਦੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇਹਨਾਂ ਕਿੰਨਰਾਂ ਦੇ ਵੱਲੋਂ ਰੋਡ ਜਾਮ ਕੀਤਾ ਗਿਆ, ਹੰਗਾਮਾ ਕੀਤਾ ਗਿਆ। ਪੁਲਿਸ ਵੀ ਪਹੁੰਚੀ ਮੌਕੇ 'ਤੇ, ਲੋਕ ਵੀ ਇਕੱਠੇ ਹੋਏ। ਕਈ ਕਿਲੋਮੀਟਰ ਦੂਰ ਤੱਕ ਲੰਮੀਆਂ ਕਤਾਰਾਂ ਲੱਗ ਗਈਆਂ ਗੱਡੀਆਂ ਦੀਆਂ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਕੋਲ ਇੱਕ ਗੱਡੀ ਵਾਲੇ ਤੋਂ ਗਲਤੀ ਦੇ ਨਾਲ ਇਹਨਾਂ ਕਿੰਨਰਾਂ ਦੇ ਵਿੱਚ ਟੱਕਰ ਵੱਜ ਗਈ, ਜਿਸ ਤੋਂ ਬਾਅਦ ਆਪਸ ਦੇ ਵਿੱਚ ਇਹਨਾਂ ਦੀ ਬਹਿਸ ਹੁੰਦੀ ਹੈ, ਕਿੰਨਰਾਂ ਦੀ ਗੱਡੀ ਵਾਲੇ ਦੇ ਨਾਲ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਮੁੱਦਾ ਇੰਨਾ ਭੱਖ ਜਾਂਦਾ ਹੈ ਕਿ ਪੁਲਿਸ ਨੂੰ ਬੁਲਾਉਣਾ ਹੀ ਪੈਂਦਾ ਹੈ। ਅਤੇ ਕਿੰਨਰ ਕਾਰਵਾਈ ਕਰਵਾਉਣ ਦੇ ਲਈ ਗੱਡੀ ਦੇ ਮੂਹਰੇ ਹੀ ਬੈਠ ਗਏ। ਦੇਖੋ ਕਿਵੇਂ ਬੈਠ ਕੇ ਤਮਾਸ਼ਾ ਕਰ ਰਹੇ ਨੇ। ਦੱਸ ਦਈਏ ਕਿ ਪ੍ਰਦਰਸ਼ਨ ਕਰ ਰਹੇ ਕਿੰਨਰਾਂ ਨੇ ਪੁਲਿਸ ਦੇ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ ਕਿ ਆਖਿਰਕਾਰ ਇਹ ਗੱਡੀ ਵਾਲਾ ਉਹਨਾਂ ਨੂੰ ਟੱਕਰ ਮਾਰ ਕਿਵੇਂ ਸਕਦਾ ਹੈ। ਜੇਕਰ ਮਾਰੀ ਹੈ ਤਾਂ ਅੱਗੋਂ ਔਖਾ ਵੀ ਹੋ ਰਿਹਾ ਹੈ, ਉਹਨਾਂ ਨੂੰ ਗਾਲਾਂ ਵੀ ਕੱਢੀਆਂ ਗਈਆਂ ਨੇ। ਇਸ ਤਰੀਕੇ ਦੇ ਇਲਜ਼ਾਮ ਕਿੰਨਰਾਂ ਨੇ ਇਸ ਗੱਡੀ ਵਾਲੇ 'ਤੇ ਲਗਾਏ ਨੇ। ਤਾਂ ਦੇਖੋ ਮੌਕੇ ਦੀਆਂ ਤਸਵੀਰਾਂ ਕਿਵੇਂ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਕਿੰਨਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ। ਇਨਸਾਨੀਅਤ ਹੈਗੀ ਇਹਨਾਂ ਵਿੱਚ, ਇਨਸਾਨੀਅਤ ਹੈਗੀ ਦੱਸੋ। ਅਸੀਂ ਭਾਜੀ ਰੋਡ ਦਾ ਗੱਲਾਂ ਕਰਨੀਆਂ, ਉੱਥੇ ਕਿਤੇ ਗੱਡੀ ਪਾੜੀ ਰੱਖੀ ਸੀ ਅਸੀਂ ਰੋਡ ਤੇ, ਤੇ ਦੱਸੋ ਮੈਂ ਤੇ 2500 ਰੁਪਏ ਦੇ ਦੋ ਲੋਕ ਕਹਿੰਦੇ ਚਪੇੜਾ ਮਾਰਨੀਆਂ ਤੁਹਾਡੇ। ਹਾਏ ਬਾਬਾ ਦੱਸੋ ਇਹ ਗੱਡੀ ਦਾ ਮਾਰ ਕਰਨ ਦਾ ਵਾ, ਅਸੀਂ ਬਾਈ ਕੰਪਲੇਂਟ ਮਾਰਨੀਆਂ ਸਾਨੂੰ ਕਹਿ ਦੇ ਮਾਰ ਕੇ ਭਾਜ ਰਿਆ, ਗਲਤੀ ਫੀਲ ਕਰਦੇ ਆ, ਸਾਨੂੰ ਸੌਰੀ ਫੀਲ ਕਰਦੇ ਆ। ਭਾਜੀ ਮੇਰੀ ਗੱਲ ਸੁਣੋ, ਅਗਰ ਪਹਿਲਾਂ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ, ਮੈਂ ਰੋਣਾ ਕਿਸੇ ਪਾਣਾ ਬਾਹਰ ਆ ਕੇ ਸਾਰਿਆਂ ਦੇ ਸਾਹਮਣੇ ਬਾਹਰ ਆ ਕੇ ਕਹਿੰਦਾ ਮੈਂ ਤੇਰੇ ਚਪੇੜ ਮਾਰਨੀ, ਇਹ ਕੋਈ ਹੁੰਦਾ ਸਾਡੇ ਮੇਰੀ ਗੱਲ ਸੁਣ, ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ, ਫਿਰ ਸਾਡੇ ਰੱਬ ਨੇ ਐਸੀਆਂ ਚਪੇੜਾ ਮਾਰੀਆਂ, ਨਾ ਅਸੀਂ ਬੰਦਿਆਂ ਚੋਂ, ਨਾ ਅਸੀਂ ਚਨਾਨਿਆਂ ਚੋਂ, ਨਾ ਅਸੀਂ ਕੁੜੀਆਂ ਚੋਂ, ਨਾ ਅਸੀਂ ਮੁੰਡਿਆਂ ਚੋਂ, ਅਸੀਂ ਤਾਂ ਹੈ ਹੀ ਖੁਸਰੇ ਆ, ਅਸੀਂ ਤਾਂ ਹੈ ਹੀ ਖੁਸਰੇ। ਚਲੋ ਕਹਿ ਦਿੰਦੇ, ਚਲੋ ਸੌਰੀ ਬਾਬਾ, ਗਲਤੀ ਮੰਨੀ ਹੋਈ ਆ।